ਬੀਤੇ ਉਹਦੇ ਤੇ, ਜੇ ਘਰ ਕੋਈ ਕੁੜੀ ਵਿਆਹਣ ਜਾਵੇ ਤੇ ਅੱਗੋਂ ਕੁੜੀ ਵੀ ਨਾ ਹੋਵੇ। ਏਦਾਂ ਦਾ ਹੀ ਹੋਇਆ ਇਸ ਨੌਜਵਾਨ ਨਾਲ। ਇੱਕ ਪੰਜਾਬ ਦਾ ਸ਼ਖਸ ਜੋ ਕਿ ਦੁਬਈ ਦੇ ਵਿੱਚ ਕੰਮ ਕਰ ਰਿਹਾ ਹੁੰਦਾ, ਉਹਦੀ ਇੰਸਟਾਗ੍ਰਾਮ ਤੇ ਇੱਕ ਕੁੜੀ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਸਾਲਾਂ ਦੀ ਗੱਲਬਾਤ ਹੋਣ ਤੋਂ ਬਾਅਦ ਇਹ ਦੋਨੇ ਵਿਆਹ ਦਾ ਫੈਸਲਾ ਲੈ ਲੈਂਦੇ। ਫਿਰ ਕੀ ਸੀ, ਮੁੰਡਾ ਦੁਬਈ ਤੋਂ ਵਾਪਿਸ ਆ ਕੇ ਆਪਣੇ ਮਾਪਿਆਂ ਨੂੰ ਕਹਿੰਦਾ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ ਤੇ ਉਹਦੇ ਨਾਲ ਵਿਆਹ ਕਰਾਉਣਾ ਹੈ। ਤੇ ਮੁੰਡੇ ਦੇ ਮਾਂ ਪਿਓ ਵੀ ਮੰਨ ਜਾਂਦੇ ਆ। ਮੁੰਡਾ ਕਰੀਬ 150 ਬੰਦਿਆਂ ਦੀ ਬਰਾਤ ਲੈ ਕੇ ਮੋਗੇ ਆ ਜਾਂਦਾ, ਕਿਉਂਕਿ ਮੁੰਡਾ ਜਲੰਧਰ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਰਹਿੰਦਾ ਸੀ। ਉਸ ਤੋਂ ਬਾਅਦ ਸਾਰਾ ਦਿਨ ਲੱਭਣ ਦੇ ਬਾਵਜੂਦ ਵੀ ਇਹਨਾਂ ਨੂੰ ਕੋਈ ਪੈਲਸ ਨਹੀਂ ਲੱਭਦਾ ਜਿਹੜਾ ਕਿ ਕੁੜੀ ਵਾਲਿਆਂ ਨੇ ਦੱਸਿਆ ਹੁੰਦਾ। ਤੇ ਆਖਿਰਕਾਰ ਸ਼ਾਮ ਨੂੰ ਇਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਨਾਲ ਕੋਈ ਧੋਖਾ ਹੋਇਆ ਹੈ। ਫਿਰ ਕੀ ਸੀ, ਮੁੰਡੇ ਵਾਲੇ ਪੁਲਿਸ ਥਾਣੇ ਜਾ ਕੇ ਪੁਲਿਸ ਨੂੰ ਰਿਪੋਰਟ ਕਰਦੇ ਹਨ ਔਰ ਕਹਿੰਦੇ ਆ ਕਿ ਸਾਡਾ ਜੋ ਨੁਕਸਾਨ ਹੋਇਆ ਇਹਦੀ ਭਰਪਾਈ ਕੀਤੀ ਜਾਵੇ। ਮਗਰ ਪੁਲਿਸ ਹੁਣ ਇਹਦੇ ਵਿੱਚ ਕੀ ਕਰੇ। ਇਸ ਤੋਂ ਬਾਅਦ ਪੁਲਿਸ ਨੇ ਰਿਪੋਰਟ ਦਰਜ ਕਰ ਲੈਂਦੀ ਹੈ ਔਰ ਇਹ ਆਸ਼ਵਾਸਨ ਦਿੰਦੀ ਹੈ ਕਿ ਜਲਦ ਤੋਂ ਜਲਦ ਭਾਲ ਕੀਤੀ ਜਾਵੇਗੀ। ਮੁੰਡੇ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਨੇ ਕਈ ਗੱਲਾਂ ਦੇ ਖੁਲਾਸੇ ਕੀਤੇ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਮੁੰਡੇ ਨੇ ਕੀ ਕੁਝ ਕਿਹਾ। ਨਹੀਂ, ਲੜਕੀ ਕੌਣ ਹੈ ਤੁਹਾਡੀ, ਕਦੋਂ ਤੋਂ ਫਰੈਂਡਸ਼ਿਪ ਸੀ ਉਹਦੇ ਨਾਲ? 4 ਸਾਲ ਹੋ ਗਏ। ਤਿੰਨ ਸਾਲ ਹੋ ਗਏ। ਤੁਸੀਂ ਇਦੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਆਏ ਹੁਣ ਆਇਆ। ਅੱਛਾ, ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ? ਤੇ ਤੁਹਾਡੀ ਮਤਲਬ ਵਿਆਹ ਤਿੱਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤੇ ਕੁੜੀ ਦੇ ਮਾਂ ਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਨਹੀਂ, ਗੱਲ ਹੀ ਹੋਈ ਹੈ। ਅੱਛਾ, ਫੋਨ ਤੇ ਗੱਲ ਹੋਈ। ਤੁਹਾਨੂੰ ਕੋਈ ਆਸ ਹੈਗੀ ਵੀ ਲੜਕੀ ਆਊਗੀ? ਨਹੀਂ ਨਾ ਭਾਈ, ਹੁਣ ਆਉਣਾ ਬਤਾ ਹੀ ਜਾਣਾ। ਹੁਣ ਨਹੀਂ, ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਆਈ ਬਰਾਤ ਲੈ, 10 ਵਜੇ। ਪਹਿਲਾਂ ਮੈਂ ਉਹਨੂੰ ਕਿਹਾ ਨਹੀਂ, ਅਸੀਂ 5 ਬੰਦੇ ਹੋਣੇ ਜੇ ਤੁਹਾਡੇ ਸੱਟਾਂ ਪੇਟਾਂ ਲੱਗੀਆਂ। ਉਹਦੀ ਮਾਂ ਕਹਿੰਦੀ ਨਹੀਂ, ਮੈਂ 150 ਬੰਦਾ ਸਕਦਾ। ਫਿਰ ਪਰਸੋਂ ਮੈਨੂੰ ਕਹਿੰਦੇ 70 ਬੰਦੇ ਲੈ। 2 ਤਰੀਕ ਦਾ ਵਿਆਹ ਪਹਿਲਾਂ। ਅੱਛਾ ਜੀ, ਇਹ ਕਹਿੰਦੀ 2 ਦਿਨ ਮੈਨੂੰ ਦੇ ਦੇ। ਮੈਂ ਕਿਹਾ 2 ਤੇ 10 ਨਹੀਂ ਹੋਣਾ ਚਾਹੀਦਾ, 2 ਦਿਨ ਦਾ। ਠੀਕ ਹੈ ਜੀ। ਹੁਣ ਸਵੇਰ ਦੇ ਆਏ ਅਸੀਂ ਘਰੋਂ 10 ਵਜੇ ਤੁਰੇ ਹਾਂ। ਹਾਂਜੀ, 1:30 ਵਜੇ ਆਏ, ਮਲਾਜ ਵੀ ਉੱਤੇ ਖੜੇ ਹਾਂ, ਪੁੱਛਿਆ ਇੱਥੇ ਪੈਸੇ ਦਾ, ਇਹਨੇ ਪੈਸੇ ਨਹੀਂ ਇੱਥੇ ਖੜੇ ਪੈਰ ਕਰਦਾ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਜ਼ਿਲ੍ਹਾ ਜਲੰਧਰ, ਤਹਿਸੀਲ ਕੁੱਦ, ਪਿੰਡ ਮੜਿਆਲਾ। ਅੱਛਾ, ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਕੀਤੀ, ਆਏ ਨਹੀਂ। ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ, ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸ ਤਰ੍ਹਾਂ ਦੀ ਵਕੀਲ ਹੈਗੀ ਹੈ ਕੋਈ ਨਹੀਂ ਹੈਗੀ ਹੈ? ਨਹੀਂ, ਅਸੀਂ ਤਾਂ ਗਏ ਨਹੀਂ ਨਾਲ, ਅਸੀਂ ਤਾਂ ਪਰਮਾਤਮਾ ਭਰੋਸਾ ਰੱਖਿਆ ਮੁੰਡੇ ਦਾ। ਹੁਣ ਤੁਹਾਡੀ ਕੀ ਮੰਗ ਹੈ? ਹੁਣ ਤੁਸੀਂ ਪੁਲਿਸ ਬੁਲਾਈ ਹੈ? ਅਸੀਂ ਤਾਂ ਜੇ ਤੁਹਾਨੂੰ ਤਨਖਾਹ ਦਿੱਤੀ ਆ ਵੀ ਸਾਡਾ ਕੋਈ ਇਹ ਨਾ ਕੱਲ੍ਹ ਨੂੰ ਕਹੇ ਮੈਂ ਇੱਥੇ ਰਹਿਣਾ, ਸਾਡੇ ਨਾਲ ਕੁੱਟਮਾਰ ਕਰੇ, ਕੋਈ ਫੜਾ ਦੇਵੇ ਸਾਨੂੰ। ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਉਣ ਲੱਗੇ? ਪੁਲਿਸ ਨੂੰ ਬੁਲਾਇਆ, ਤੁਸੀਂ ਕੀ ਕਾਰਵਾਈ ਕਰਾਉਣ ਲੱਗੇ ਹੋ? ਉਹ ਕਹਿੰਦੇ ਵੀ ਸਾਨੂੰ ਜਿਹੜਾ ਸਾਡਾ ਖਰਚਾ ਦੇ ਦੇਣਾ, ਅਸੀਂ ਆਪਦੇ ਘਰੇ। ਹਾਂ, ਹੁਣ ਤੁਸੀਂ ਇਹ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਕੀ ਦੱਸਿਆ, ਆਜੋ ਤੁਹਾਨੂੰ ਵੀ ਸੁਣਾਉਂਦੇ ਹਾਂ। ਉਹ ਮੁੰਡਾ ਬਾਹਰ ਦੁਬਈ 'ਚ ਸੀਗਾ, ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਹੀ ਅੱਜ 6/12/2024 ਨੂੰ ਆਨੰਦ ਕਾਰਜ ਦੀ ਡੇਟ ਰੱਖੀ ਸੀ ਅਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤਾਂ ਇੱਥੇ ਇਹਨਾਂ ਨੇ ਕੁੜੀ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ, ਤੁਹਾਨੂੰ ਅੱਗੇ ਰਿਸੀਵ ਕਰਦੇ ਆ। ਨਾ ਤਾਂ ਉਹਨਾਂ ਨੂੰ ਕੋਈ ਪੈਲਸ ਦਿੱਤਾ, ਨਾ ਕੋਈ ਲੋਕੇਸ਼ਨਾਂ ਭੇਜੀਆਂ, ਉਹ ਕੋਈ ਲੁਧਿਆਣੇ ਦੀਆਂ ਹੁੰਦੀ ਸੀ, ਕੋਈ ਕਿਤੋਂ ਦੀਆਂ ਹੁੰਦੀ ਸੀ।
ਉਹ ਵਿਚਾਰੇ ਡੀ ਡੂਕ ਕੇ ਸਾਡੇ ਕੋਲ ਥਾਣੇ 'ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਇਨਕੁਆਇਰੀ। ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਖਿਆਲ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਚੰਗੀ ਲੱਗੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।